ਤੇ ਸਾਡੇ ਨਾਲ ਅੱਜ ਚਾਰ ਦੋਸਤ ਪਾਸ ਹੋਏ ਨੇ ਅਸਲ ਇਹ એનર્ਜੀ ਬਣਾਉਣ ਵਾਸਤੇ ਇਹ ਸਾਰੇ ਜੀ ਇੰਟਰਵਿਊ ਹੈ ਕਿ ਚਲੋ ਦੇਖਣ ਸੁਣਨ ਵਾਲਿਆਂ ਨੂੰ ਇਹ ਲੱਗੇ ਕਿ ਆਸਾਨ ਹੈ ਮੁਸ਼ਕਿਲ ਨਹੀਂ ਹੈ ਤੁਸੀਂ ਦੇਖੋ ਜੀ ਅੱਜ ਚਾਰ ਮਾਸ਼ਾਅੱਲਾ ਸਾਡੇ ਦੋਸਤ ਨੇ ਯੰਗ ਮੈਨ ਨੇ ਚਾਰੀ ਲਾਇਸੈਂਸ ਨਾਜ਼ਰìn ਕਰ ਚੁੱਕੇ ਨੇ ਕੋਈ ਕਿਸੇ ਸ਼ਹਿਰ ਚੋਂ ਹੈ ਕੋਈ ਕਿਸੇ ਸ਼ਹਿਰ ਚੋਂ ਜਦੋਂ ਇਹ ਕਰ ਗਏ ਨੇ ਤੇ ਫਿਰ ਤੁਸੀਂ ਵੀ ਲਾਇਸੈਂਸ ਕਰ ਜਾਓਗੇ ਤੇ ਚਲੋ ਲਿਸੈਂਸ ਨਾ ਤੇ ਛੋਟਾ ਜਿਹਾ ਲੇਕਿਨ ਇਹਨੂੰ ਬਹੁਤ ਵੱਡਾ ਬਣਾ ਦਿੱਤਾ ਗਿਆ ਹੈ ਪੜਾਈ ਦੀ ਵਜ੍ਹਾ ਤੋਂ ਕਿਤਾਬ ਦੀ ਵਜ੍ਹਾ ਤੋਂ ਤੁਸੀਂ ਜਾਣਦੇ ਹੋ ਕਿ ਇਸ ਛੋਟੇ ਜਿਹੇ ਇੱਕ ਕਾਰਡ ਦੇ ਪਿੱਛੇ 4-4000 ਯੂਰੋ ਲੈ ਕੇ ਲੋਕ ਫਿਰਦੇ ਨੇ ਕਿ ਯਾਰ ਸਾਨੂੰ ਕੋਈ ਕਰਾ ਦੇ ਫਿਰ ਫੜੇ ਜਾਂਦੇ ਫਿਰ ਕਾਗਜ਼ ਖਰਾਬ ਫਿਰ ਆਪਣੇ ਮਤਲਬ ਜੀ ਤੇ ਇਸ ਵਾਸਤੇ ਇਹਨਾਂ ਨੇ ਪੜ੍ਹ ਕੇ ਇਨਤਜ਼ਾਰ ਕਰਕੇ ਕੀਤਾ ਇਸ ਬੜੀ ਵੱਡੀ ਹੈ ਤੇ ਇਹ ਸਿਰਫ ਇਹਨਾਂ ਵਿੱਚ ਇਹ ਕੁਆਲਿਟੀ ਸੀ ਇਹ ਮਜ਼ਾਜ ਲੋਕ ਨੇ ਜਿਹੜੇ ਦੇਖਦੇ ਉਹ پاس ਹੋਏ ਨੇ ਕੁਆਲਿਟੀ ਵਿੱਚ ਕਿ ਇਹ ਬਹੁਤਾ ਸੋਚੀ ਨਹੀਂ ਪਏ ਉਹਨਾਂ ਨੇ ਕਿਹਾ ਕਿ ਭਾਈ ਕਰਨਾ ਹੈ ਤੇ ਇਨਸ਼ਾਅੱਲਾ ਸ਼ੀਰ ਪਾਸ ਕਰਤਾ ਔਰ ਸਿਰਫ ਚੀਜ਼ ਇਹ ਵੇ ਕਿ ਇਹ ਵਾਇਬ ਦੇ ਸੋਦੇ ਹੁੰਦੇ ਨੇ ਦੇਖੋ ਨਾ ਉਹ ਜਿਹੜੇ ਸਭ ਬੈਠੇ ਨੇ ਪੜਨ ਇਹਨਾਂ ਨੂੰ ਪਤਾ ਨਹੀਂ ਹੈ ਕਿ ਮੇਰਾ ਕਿਸ ਤਾਰੀਖ ਨੂੰ ਮੰਨੂ ਪਾਸ ਹੋਣ ਵਾਲਾ ਜਿਹੜਾ ਉਹ ਪੇਗਾਮ ਆ ਜਾਣਾ ਕਿ ਤੂੰ ਬਾਈ ਪਾਸ ਹੋ ਗਿਆ ਇਹਨਾਂ ਵਿਚਾਰਿਆਂ ਨੂੰ ਕੋਈ ਪਤਾ ਨਹੀਂ ਲੱਗੇ ਨੇ ਜ਼ਰਬਾ ਲਾਣ ਹਾਂਜੀ ਜ਼ਰਬ ਯਜ਼ਰੀਬ ਜ਼ਰਬਨ ਫਾ ਹੁਆ ਜ਼ਾਰਿਬ ਬਸ ਲੱਗੇ ਨੇ ਲੇਕਿਨ ਇਨਸ਼ਾ ਅੱਲਾ ਜਿਵੇਂ ਇਹਨਾਂ ਚਾਰ ਲੋਕਾਂ ਨੂੰ ਅੱਜ ਮੈਸੇਜ ਆ ਗਿਆ ਕਿ ਭਾਜੀ ਤੁਸੀਂ ਪਾਸ ਹੋ ਬ੍ਰਦਰ ਤੁਸੀਂ ਪਾਸ ਹੋ ਇਹਨਾਂ ਨੂੰ ਮੈਸੇਜ ਆ ਜਾਣਾ ਲੇਕਿਨ ਇਹ ਜ਼ਿੰਦਾਬਾਦ ਲੋਕ ਨੇ ਗੈਬ ਦੇ ਸੌਦੇ ਕਰਕੇ ਬੈਠ ਗਏ ਨੇ ਮਾਸ਼ਾ ਅੱਲਾ ਲੱਗੇ ਨੇ ਕੋਈ 2 ਮਹੀਨੇ ਹੋਏ ਨੇ ਕਿਸੇ ਨੂੰ ਮਹੀਨਾ ਹੋਇਆ ਕਿਸੇ ਨੂੰ 4 ਹੋਏ ਨੇ ਕਿਸੇ ਨੂੰ 2 ਦਿਹਾੜੇ ਹੋਏ ਨੇ ਤੇ ਇਹ ਜਿਹੜਾ ਨਾਹਰਾ ਮਾਰ ਗਏ ਨੇ ਨਾ ਇਸ ਨੂੰ ਸ਼ਾਬਾਸ਼ੀ ਲਿਸਨਸ ਤੇ ਇਹਨਾਂ ਦਾ ਮਨ ਨੂੰ ਪਤਾ ਹੋ ਜਾਣਾ ਇਵਨ ਇਹ ਨਹੀਂ ਕਿ ਮੇਰੇ ਕੋਲ ਤੁਸੀਂ ਜਿੱਥੇ ਜਿੱਥੇ ਵੀ ਪੜ ਰਹੇ ਹੋ ਜਿਹੜੇ ਜਿਹੜੇ ਟੀਚਰ ਕੋਲ ਵੀ ਅੱਲਾ ਤੁਹਾਨੂੰ ਵੀ ਆਬਾਦ ਰੱਖੇ ਤੁਹਾਡੇ ਉਸਤਾਦ ਨੂੰ ਵੀ ਆਬਾਦ ਰੱਖੇ ਤੁਸੀਂ ਸਾਰਿਆਂ ਦੇ ਲਸਨਸ ਹੋ ਜਾਣੇ ਨੇ ਸਿਰਫ ਅੰਦਰੋਂ ਪੱਕੇ ਹੋਵੋ